ਫਿਲਮਾਂ ਦੇ ਵਿੱਚ ਡਾਂਸ ਦੇ ਜੋ ਤੁਸੀਂ ਨਵੇਂ-ਨਵੇਂ ਸਟੈਪ ਵੇਖਦੇ ਹੋ ਉਸ ਦੇ ਪਿੱਛੇ ਸਰੋਜ ਖਾਨ ਦਾ ਸਭ ਤੋਂ ਵੱਡਾ ਹੱਥ ਹੈ। ਬਾਲੀਵੁੱਡ ਦੀ ਟੌਪ ਕੋਰੀਓਗ੍ਰਾਫਰ ਸਰੋਜ ਖਾਨ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ, ਇਸ ਦੇ ਲਈ ਉਹਨਾਂ ਨੂੰ ਮੁੰਬਈ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਉਹਨਾਂ ਨੂੰ 20 ਜੂਨ ਨੂੰ ਹਸਪਤਾਲ ਲਿਆਂਦਾ ਗਿਆ। ਹਾਲਾਂਕਿ ਇੱਕ ਰਾਹਤ ਦੀ ਖਬਰ ਹੈ ਕਿ ਉਹਨਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਈ ਸੀ, ਜਿਸ ਦੇ ਚਲਦੇ ਸ਼ੱਕ ਦੇ ਤਹਿਤ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਪਰ ਉਹ ਨੈਗੇਟਿਵ ਪਾਏ ਗਏ ਨੇ, ਜੋ ਕਿ ਰਾਹਤ ਦੀ ਖਬਰ ਹੈ। ਫਿਲਹਾਲ ਦੱਸਣਯੋਗ ਹੈ ਕਿ ਉਹਨਾਂ ਦੀ ਤਬੀਅਤ ਦੇ ਵਿੱਚ ਸੁਧਾਰ ਹੈ ਅਤੇ 1-2 ਦਿਨ ਵਿੱਚ ਹੀ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲ ਸਕਦੀ ਹੈ। 71 ਸਾਲਾਂ ਦੀ ਸਰੋਜ ਖਾਨ ਦੇ ਲਈ ਹੁਣ ਉਹਨਾਂ ਦੇ ਫੈਨਸ ਸੋਸ਼ਲ ਮੀਡੀਆ ਤੇ ਅਰਦਾਸ ਕਰ ਰਹੇ ਨੇ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ। ਸਰੋਜ ਖਾਨ 2000 ਤੋਂ ਜ਼ਿਆਦਾ ਗਾਣਿਆਂ ਦੇ ਵਿੱਚ ਕੋਰੀਓਗ੍ਰਾਫੀ ਕਰ ਚੁੱਕੀ ਹੈ। ਮੀਡੀਆ ਡੈਸਕ ਦਾ ਟੀਵੀ ਐਨਆਰਆਈ।